ਬਲਵਾਲ ਤੋਂ ਇਹ ਸੱਤਵਾਂ ਮੈਚ ਹੈ ਨਾ ਕੀ ਇਹਦਾ ਜਿੱਦੀ ਬਲਵਾਲ ਵਾਲਾ ਜਿੱਦੀ ਬਲਵਾਲ ਵਾਲਾ ਜੀ ਬਲਵਾਲ ਵਾਲੇ ਹੋ ਵੇਂਦੇ ਪਏ ਹੋ ਬੰਦਾ ਵੀ ਪਛਾਣ ਲਓ ਜੀ ਵਾਸਨ ਬਲਵਾਣਾ ਤੇ ਇਹ ਜਾਨਵਰ ਬੜਾ ਜਨਾਬ ਫੇਮਸ ਜਾਨਵਰ ਹੈ ਜੀ ਸੱਤਵਾਂ ਮੈਚ ਅਸੀਂ ਗਰਾਊਂਡ ਜਾ ਰਹੇ ਅੱਜ ਸੱਤਵੇਂ ਮੈਚ ਵਾਸਤੇ ਜੀ ਛੱਲੇ ਨਾਲ ਫਿਕਸ ਹੋਇਆ ਸਤਾਰਵੇਂ ਜੋੜ ਤੇ ਜੀ ਫਿਕਸ ਹੋਇਆ ਜੀ ਤੇ ਛੇ ਮੈਚ ਵਿਨ ਕੀਤੇ ਸੂ ਜਾਂ ਬਰਾਬਰ ਵੀ ਦੋ ਬਰਾਬਰ ਹੋਇਆ ਤੇ ਚਾਰ ਜਿੱਤਿਆ ਤੇ ਅੱਜ ਸੱਤਵਾਂ ਮੈਚ ਹੈ ਉਮਰ ਕਿੰਨੀ ਇਹਦੀ ਸਾਢੇ ਪੰਜ ਸਾਲ ਵਾਹ ਜੀ ਵਾਹ ਫੇਮਸ ਜਾਨਵਰ ਹੈ ਜੀ ਇਹਨੂੰ ਤੁਸੀਂ ਚੈਂਪੀਅਨ ਵੀ ਕਹਿ ਸਕਦੇ ਹੋ ਜੀ ਸੱਤ ਮੈਚ ਹਰ ਜਾਨਵਰ ਦਾ ਕੰਮ ਨਹੀਂ ਤੇ ਲੰਮੇ ਲੜਿਆ ਲੜਾਈ ਸਤਾਰਾਂ ਸਤਾਰਾਂ ਮਿੰਟ ਮਤਲਬ ਮਾਰ ਖਾਣੀ ਵੀ ਜਾਣਦਾ ਅੱਛਾ ਜੀ ਕਹਿੰਦੇ ਪਹਿਲੇ ਮਾਰ ਖਾਣ ਦਾ ਵੀ ਕੋਈ ਨਹੀਂ ਇਹਨੂੰ ਪ੍ਰਵਾਹ ਤੇ ਸਤਾਰਾਂ ਸਤਾਰਾਂ ਅਠਾਰਾਂ ਅਠਾਰਾਂ ਮਿੰਟ ਤੱਕ ਗਿਆ ਹੈ ਲੰਮਾ ਤੇ ਦੋ ਮੈਚ ਬਰਾਬਰ ਕੀਤੇ ਸੀ ਪੂਰਾ ਟਾਈਮ ਕਰਕੇ ਨਾਂ ਕੀ ਦੱਸਿਆ ਜਿਹਦਾ ਜ਼ਿੱਦੀ ਨਾਂ ਹੈ ਜੀ ਜਾਨਵਰ ਦਾ ਜ਼ਿੱਦੀ ਪਸੰਦ ਆਵੇ ਜੀ ਕਮੈਂਟ 'ਚ ਜ਼ਰੂਰ ਆਓ ਦੱਸੋ ਕਿ ਸਰਗੋਦੇ ਵਾਲਿਆਂ ਦਾ ਸਰਗੋਦੇ ਦਾ ਆਇਓ ਨਾ ਬਲਵਾਲ ਤੋਂ ਇਹਨਾਂ ਦਾ ਸ਼ੌਕ ਸ਼ਿਕਾਰ ਕੈਸਾ ਜੀ ਬੜੇ ਅੱਛਾ ਜਾਨਵਰ ਜੀ ਨਸਲ ਜੀ ਪੂਰਾ ਜੀ ਜਿਹੜਾ ਸੱਤਵਾਂ ਮੈਚ ਲੜਨ ਜਾ ਰਿਹਾ ਭਾਈ ਪਰਵੇਜ਼ ਨੋਲ ਵੱਲੋਂ ਸ਼ੇਰੇ ਪੰਜਾਬ ਗਰੁੱਪ ਦੀ ਤਰਫੋਂ ਜੀ ਜਨਾਬ ਲੜਨ ਵਾਸਤੇ ਗਰਾਊਂਡ 'ਚ ਮੌਜੂਦ ਹੈ ਜੀ ਅਤੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਦੇਖਣਾ ਕਮਾਲ ਜਾਨਵਰ ਹੈ ਜੀ ਕਿਹੜੇ ਕੁੱਤਿਆਂ 'ਚੋਂ ਇਹ ਕਿਹੜਾ ਕੁੱਤਾ ਸੀ ਮਾਨੂ ਲਾ ਇਹ ਜੀ ਕਜਲੇ ਦਾ ਭਰਾ ਹੈ ਕਜਲੇ ਦਾ ਭਰਾ ਹੈ ਉਹਦਾ ਬੱਚਾ ਹੈ ਪਾਕਿਸਤਾਨ ਦੇ ਬੜੇ ਨਾਮਵਰ ਸ਼ਿਕਾਰੀ ਜੀ ਮਾਨੂ ਲਾ ਸਿਆਲ ਸਾਹਿਬ ਆਫ ਸੰਘ ਉਹਨਾਂ ਦੇ ਕਜਲੇ ਕੁੱਤੇ ਦੇ ਬੱਚੇ ਦਾ ਬੱਚਾ ਹੈ ਉਹ ਵਾਹ ਜੀ ਵਾਹ ਬਲੱਡ ਲਾਈਨ ਤਾਂ ਬੜੀ ਚੰਗੀ ਹੈ ਅੱਛਾ ਅੱਛਾ ਉਹ ਵਾਹ ਕਮਾਲ ਹੈ ਕੁੱਤੀ ਕਿਹੜੀ ਦੱਸੀ ਜੇ ਅੱਛਾ ਉਹਦੀ ਛੀਨੀ ਕੁੱਤੀ ਦਾ ਬੱਚਾ ਕਮਾਲ ਹੈ ਜੀ ਵਾਹ ਜੀ ਵਾਹ ਆਊਟ ਸਟੈਂਡਿੰਗ ਜਾਨਵਰ ਜੀ ਪਾਕਿਸਤਾਨੀ ਫੇਮਸ ਜਾਨਵਰ ਜੀ ਜਿਨ੍ਹਾਂ ਭਰਾਵਾਂ ਨੇ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਨਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਹੜੇ ਭਰਾ ਸਾਡੇ ਇੰਡੀਆ 'ਚ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਪਾਕਿਸਤਾਨ 'ਚ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਇਹ ਬੋਲੀ ਸ਼ੌਕ ਨੂੰ ਪ੍ਰਮੋਟ ਕਰਨ ਵਾਸਤੇ ਬੋਲੀ ਸ਼ੌਕ ਨੂੰ ਵਧਾਉਣ ਵਾਸਤੇ ਇਹ ਜਨਾਬ ਚੈਨਲ ਬਣਾਇਆ ਔਰ ਕੋਸ਼ਿਸ਼ ਹੁੰਦੀ ਹੈ ਅੱਛੇ ਅੱਛੇ ਬੋਲੀ ਡਾਗ ਜਿਹੜੇ ਦਿਖਾਏ ਜਾਣ ਅਤੇ ਰਿਕੁਐਸਟ ਹੈ ਮੇਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਹੜੇ ਭਰਾ ਮੇਰੇ ਨਾਲ ਅਟੈਚ ਹਨ ਡੋਗਸ ਟੀਵੀ 'ਤੇ ਪਹਿਲੇ ਉਹ ਸਿਆਲ ਡੇਲੀ ਵਲੌਗ 'ਤੇ ਆ ਜਾਓ ਹੁਣ ਵੀਡੀਓ ਜਿਹੜੀ ਅਪਲੋਡ ਕਰ ਰਿਹਾ ਉਹ ਸਿਆਲ ਡੇਲੀ ਵਲੌਗ 'ਤੇ ਕਰ ਰਿਹਾ ਇਹ ਆ ਜੀ ਸਾਹਿਬ ਸੱਤਵਾਂ ਮੈਚ ਅੱਜ ਹਾਂਜੀ ਇਹ ਆਮ ਕੁੱਤਿਆਂ 'ਚੋਂ ਨਹੀਂ ਹੈ ਚੰਗਿਆਂ ਕੁੱਤਿਆਂ 'ਚੋਂ ਇਹ ਦੇਖਣਾ ਆਮ ਅਮਾਨ ਉੱਲਾ ਸਿਆਲ ਦਾ ਕੁੱਤਾ ਕਜਲਾ ਸੀ ਉਹਦੇ ਬੱਚੇ ਦਾ ਬੱਚਾ ਮਾਰ ਖਾਣੀ ਵੀ ਆਉਂਦੇ ਨੇ ਕੋਈ ਪਰਵਾਹ ਨਹੀਂ ਇਹਨੂੰ ਤੇ ਲੰਮਾ ਲੜ ਕੇ ਸੱਤਵਾਂ ਮੈਚ ਅੱਜ ਦੋ ਮੈਚ ਬਰਾਬਰ ਹੋਇਆ ਚਾਰ ਡਾਢ ਹੋਇਆ ਉਹਦਾ ਕੱਲ ਕਿੰਨਾ ਚਲੋ ਜੀ।
ਹੈ।